भाई ये देखो, ये जो बाउंड्री वार है ना, ये दरख्तों के पीछे, ये इंडिया है सारा। गल तो इवें है, पर असि भी मकसद महीने का नैट का पैकेज कराना होंगे तो भावे दीवार से बहना पे। मैं दो घंटे नैट न टाइम देना दीवार से बह के। अच्छा यूट्यूब चैनल शामदीद। अच्छा जी, तो बॉर्डर लाइफ पे आए हुए हम लोग और आपको ये थोड़ा थोड़ा सा ये जो है ना बॉर्डर लाइफ के साथ साथ जो सियासी कैंपेन चल रही है, इलेक्शन जो है ना पाकिस्तान में, तो ये अब चक जम्मू वाले पहुंच गए हैं। फिर आपको एक इंटरव्यू दिखाएंगे हम्मा खेड़ा जो बिल्कुल बॉर्डर के साथ है, कि वहां पे लोगों की लाइफ कैसे गुजरी है, उनका दिन शुरू होने से लेकर रात सोने तक उनकी लाइफ कैसे गुजरती है वो भी आपको दिखाएंगे। किसका चैनल है? अच्छा ठीक है, सड़क टूट सड़क नहीं, वो तेरा फिर चलते रहने आप, लेकिन आगे बड़े यार बारह बनाए ने इन्होंने जिस गांव में वाटर सप्लाई का सही काम। नाजरीन तो इसके पीछे इंडिया पता नहीं, हाँ दूर है, इधर तो नहीं है। तो उधर से हम गुजरेंगे बॉस। अरे वैसे चंगे भले मजबूत बड़े बड़े बन रहे खबे हाथ खबे हाथ। मैं हरियाली वाली जी जीप है ना, ये ना बोलना है यार। सली को पुलिस मुकाबला भी हो गया डाकुआ का? अगले पिंड चो भी तकरीबन रलदा मिलता, वो बड़ी स्टोरी सुना दे ने। कोई डाला नहीं डाला, इमरान ने डाला कि पता नहीं वो ला दी। ये दरख्तों के पीछे ये इंडिया है सारा, नहीं जम्मू है ये, देखना ये आगे इनका इंडिया का ये टावर। बहुत मजे की सीन है यहाँ पे, ये टावर रहा, ये नजर आ गया होगा ये वाला। वालेकुम जी, हम्मा खेड़ा इस टाइम खड़े हम लोग और ये बॉर्डर लाइन आ गई सारी इसके पीछे। इतने कोई मसले मसाइल तो नहीं होंगे? कोई नहीं, कदी उधर शोशा पटाके चला दिते, कुछ भी नहीं आया, कुछ भी बड़ा अमन सुकून नाल रहन देता। ते कोई आवन जावन तो मतलब नहीं, वो तो नामुमकिन नाल ही नामुमकिन अगे हुंदा 50 40 साल 30 साल पहले, वो तो किसी भले वक्ता दी गल है जदों बड़ा छड़ा नहीं आई। ਮੈਨੂੰ ਯਾਦ ਹੈ ਯਾਰ, ਅਸਲੀ ਮੇਰੇ ਨਾ ਮਾਮੂ ਯਾਸੁਦੀਨ ਉਰੀ ਗਏ ਕੰਪੇਨ ਤੇ ਸ਼ਾਹ ਸਾਹਿਬ ਨਾਲ ਹੀ ਹੋਮਨ ਗਰਬਨ 2000 ਦੀ, ਉਸ ਤੋਂ ਪਹਿਲੇ ਦੀ ਗੱਲ ਹੈ। ਤੇ ਉਦੋਂ ਨਾ ਕਿਸੇ ਸਾਈਡ ਤੇ ਬਾੜਾ ਦਾ ਮਸਲਾ ਆਇਆ ਤੇ ਉਹ ਟੱਪ ਗਏ ਤੇ ਸਿੱਖ ਆਏ ਅੱਗੋਂ, ਉਹਨਾਂ ਨੇ ਨਾ ਰੋਟੀ ਛੋਟੀ ਖਵਾ ਕੇ ਨਾ, ਜਦੋਂ ਇਲੈਕਸ਼ਨਾਂ ਦੀ ਗੱਲ ਹੋਈ ਨਾ, ਉਹ ਕਹਿੰਦੇ ਬਸ ਚੁੱਪ ਕਰਕੇ ਤੁਸੀਂ ਰਾਹ ਭੁੱਲ ਗਏ ਜੇ ਤੇ ਵਾਪਸ ਨਾ ਆ ਜਾਓ। ਨਹੀਂ ਸਿੱਖ ਲੋਕ ਨਾਲ ਵੈਸੇ ਵੀ ਠੀਕ ਹੈ ਜਾਂ ਅੱਛਾ, ਜ਼ਿਆਦਾ ਸਿੱਖ ਹੀ ਹੈਗੇ ਨੇ? ਨਹੀਂ ਇਹ ਤਾਂ ਖੈਰ ਨਹੀਂ ਪਤਾ ਹੈਗਾ ਵੀ ਇਸ ਸਾਈਡ ਤੇ ਨਾਲ ਕੌਣ ਹੈਗੇ। ਅੱਛਾ ਵੈਸੇ ਉਹ ਕੋਈ ਮਸਲਾ ਅਮਨ ਹੈ ਸਕੂਨ ਨਾਲੇ, ਇੰਟਰਨੈਸ਼ਨਲ ਬਾਰਡਰ ਹੈ ਨਾ ਫਿਰ। ਹਾਂ ਇੰਟਰਨੈਸ਼ਨਲ ਬਾਰਡਰ ਆ ਜਾਂਦਾ ਜ਼ਿਆਦਾ ਦੌੜ ਤੇ। ਹਾਂ ਇੱਕ ਵਾਜ ਦਾ ਪਿਆ ਨੇ ਸੱਚੀ। ਫਸਲ ਦੀ ਕੀ ਸੂਰਤ ਹਾਲ ਹੈ ਇੱਥੇ? ਫਸਲ ਠੀਕ ਖੜੀ ਆ ਦਰਟਾ ਹਾਜ਼ਰ ਠੀਕ ਹਾਂ ਜ਼ਬਰਦਸਤ। ਅੱਛਾ ਤੇ ਹਮਾ ਖੇੜਾ ਨਾਮ ਕਿੰਨੇ ਕੋ ਘਰ ਹੋਣਗੇ ਇੱਥੇ? ਤਕਰੀਬਨ 30 ਤੋਂ 35 ਘਰ ਹੋਣਗੇ ਹਮਾ ਖੇੜੇ, ਮਤਲਬ ਅਮਨ ਸਕੂਨ। ਅੱਛਾ ਯਾਰ, ਸਾਡੀ ਸ਼ਹਿਰ ਦੀ ਲਾਈਫ ਦੇ ਅੰਦਰ ਨਾ ਨੈਟ ਤੇ ਮੋਬਾਈਲ ਤੇ ਪਤਾ ਨਹੀਂ ਖੁਰਲੀ ਖੁਰਲੀ ਪਈ ਹੁੰਦੀ ਹੈ ਕਿ ਬਸ ਹਲਾਸ਼ੀਰੀ ਹੁੰਦੀ ਹੈ। ਤੁਹਾਡੀ ਮੇਰੇ ਇੱਕ ਸਵਾਲ ਰਹਿੰਦਾ, ਤੁਹਾਡੀ ਲਾਈਫ ਕਿਵੇਂ ਗੁਜ਼ਰਦੀ ਹੈ? ਇਹ ਬੜੀ ਜ਼ਬਰਦਸਤ ਸ਼ਹਿਰ ਦੀ ਲਾਈਫ ਤਾਂ ਤੁਹਾਨੂੰ ਵੇਖਣਾ, ਉਹ ਕਿਸ ਗਿਆ ਕੀ ਸ਼ੋਰ ਸ਼ਰਾਬੇ ਚ ਫਸ ਗਿਆ ਸੀ? ਗੱਲ ਤਾਂ ਇਵੇਂ ਹੈ, ਪਰ ਅਸੀਂ ਵੀ ਮਕਸਦ ਮਹੀਨੇ ਦਾ ਨੈਟ ਦਾ ਪੈਕੇਜ ਕਰਾਉਣਾ ਹੁੰਦਾ ਤੇ ਭਾਵੇਂ ਦੀਵਾਰ ਤੇ ਵੀ ਬਹਿਣਾ ਪਵੇ। ਮੈਂ 2 ਘੰਟੇ ਨੈਟ ਨੂੰ ਟਾਈਮ ਦੇਣਾ ਦੀਵਾਰ ਤੇ ਬੈਠ। ਅੱਛਾ ਹਮਾ ਖੇੜਾ ਜੰਮੂ ਤੇ, ਜੰਮੂ ਦੇ ਤੁਸੀਂ ਵੇਖਾ ਨਾ, ਉਹਨਾਂ ਦੀ ਜਿਹੜੀ ਆਪਣੀ ਚੈੱਕ ਪੋਸਟ ਹੈਗੀ ਉਹ ਪਿੰਡ ਦੇ ਅੰਦਰ ਹੀ ਆਈ, ਉੱਥੇ ਤਾਂ ਗਏ ਅਸੀਂ ਅੰਦਰ ਤਾਂ ਨਹੀਂ, ਲੇਕਿਨ ਕਾਫੀ ਸਫ਼ਰ ਤੇ ਆ ਕੇ ਵਿੱਚੋਂ ਇਤਨਾ ਗੈਪ ਹੈ, ਥੋੜਾ ਜਿਹਾ ਗੈਪ ਹੈ, ਮਤਲਬ ਪਿੰਡ ਤੋਂ ਨਾ ਜਿਵੇਂ ਅਲੱਗ ਹੁੰਦੀ ਨਾ ਉਹ ਚੀਜ਼ ਮਹਿਸੂਸ ਨਹੀਂ ਹੁੰਦੀ ਡੰਗੋਰੀਆਂ ਚ? ਨਹੀਂ ਨਹੀਂ, ਜੱਗ ਜੰਮੂ ਵਾਲੇ ਨਹੀਂ, ਜੰਮੂ ਚ ਨਹੀਂ ਇਹ ਚੀਜ਼ ਹੈਗੀ। ਫਿਰ ਤੁਸੀਂ ਬੋਲ ਰਹੇ ਜੰਮੂ ਤਾਂ ਇਸ ਤੋਂ ਪਿੱਛੇ, ਇਸ ਤੋਂ ਹੁਣ ਪਹਿਲਾਂ ਚੱਕ ਜੰਮੂ ਹੈ।
ਇਧਰ ਥੜਾ ਜੰਮੂ ਇਧਰ ਇਹ ਸਾਹਮਣੇ ਸਰਵਰ ਸ਼ਹੀਦ ਹੈ ਕਿਉਂਕਿ ਜਿਹਦੇ ਤੇ ਟਾਵਰ ਖੜਾ ਹੈ ਰੂਮ ਦੇ ਨਾ ਲਾਈਟ ਦੇ ਖਾਨ ਪੂਰੀ ਹੋਰ ਕੋਈ ਬਾਰਡਰ ਲਾਈਫ ਦੇ ਬਾਰੇ ਚ ਐਸੀ ਗੱਲ ਦੱਸੋ ਜਿਹੜੀ ਹੈਰਾਨ ਕੋਨ ਹੋਵੇ ਬਸ ਹੈਰਾਨ ਕੋਨ ਕੋਨੀ ਇਹ ਜੀ ਗੱਲ ਤਾਂ ਇਤਮਾਨ ਹੀ ਹੈ ਵੈਸੇ ਤੇ ਨਾ ਨਾ ਕੋਈ ਚੀਜ਼ਾਂ ਚੂਜ਼ਾਂ ਦੀ ਵੀ ਮਤਲਬ ਕਾਫੀ ਹੈ ਸ਼ਹਿਰ ਦਾ ਤੇ ਬਾਰਡਰ ਦਾ ਤਾਂ ਬੜਾ ਫਰਕ ਹੈ ਨਾ ਵੱਟ ਹੈ ਅੱਛਾ मसले नहीं ना उथे तो उजरे उजरे बाकी वैसे असि खुशहाल रहने ਜ਼ਿਹਨੀ ਤੌਰ ਨਾਲ ਜ਼ਿਹਨੀ ਸਕੂਨ ਹੈ ਕੋਈ ਮਸਲਾ ਨਹੀਂ ਹੈਗਾ ਘਰੋਂ ਖਾਣਾ ਹੈ ਸਹੀ ਸਾਲ ਦੀ ਰੋਜ਼ੀ ਅੱਲਾ ਪਾਕ ਦੇ ਦਿੰਦਾ ਸਹੀ ਤੋ ਜੀ ਯਹਾਂ ਸੇ ਅਬ ਕੰਪੇਨ ਜੋ ਹੈ ਵੋ ਹਮਾਰੀ ਹਮਾ ਖੇੜਾ ਸੇ ਖਤਮ ਹੋ ਰਹੀ ਹੈ ਆਗੇ ਕੀ ਤਰਫ ਨਿਕਲਤੇ ਹੈ ਮੇਰੇ ਸਾਹਿਬ ਬਸ ਤਾਂ ਕੁਝ ਚਾਰ ਪੰਜ ਸ਼ਮੂਲਤਾਂ ਕਰ ਲਈਆਂ ਕਾਸਮ ਕੀ ਵਾਕਈ ਯਾਰ ਉੱਥੇ ਸਾਰਾ ਆਰਗੇਨਾਈਜ਼ਿੰਗ ਸਿਸਟਮ ਹੋਇਆ ਵੀ ਪਿਆ ਇੱਥੇ ਗੱਡੀ ਭਾਵੇਂ ਬੈਕ ਕਰ ਲੋ ਜਾਂ ਕੋਸ਼ਿਸ਼ ਕਰੋ ਆਪਣੇ ਸੱਜੇ ਖੱਬੇ ਕਿਧਰੇ ਲਾ ਲੋ ਯੇ ਦੇਖੇ ਯੇ ਸਾਂਪੋ ਕੀ ਹੈ ਵੱਲਾ ਆਲਮ ਯੇ ਕਿਨ ਕੀ ਹੈ ਗੁਫਾ ਬਿੱਲੇ ਬਣੀ ਹੋਈ ਹੈ ਗਾਰੇ ਔਰ ਯੇ ਇਸ ਤਰ੍ਹਾਂ ਕੁਛ ਘਰ ਹੈ ਜੋ ਅਰਸਾ ਦਰਾਜ ਸੇ ਆਈ ਥਿੰਕ ਯੇ ਬੰਦ ਹੀ ਪੜੇ होती होगी ये यहाँ की भी कुछ दास्तानें तो ये है जी सीन ये जो घर है ये भी वो पुराना तर्ज अमल पे बना हुआ है तो आज अपने प्रोग्राम पे नहीं पहुंच सके मोहम्मद जाहिद भट्टू साहेब वो अपने नाल तशरीफ ले आए ने जनाब इज्जत माफ पीर चार सौ से ऊपर है सच्ची बैक कर लेना विकास भैया थे जी ऐसे एवं बने थे ला देना तो जब यहाँ से कम्पेन खत्म हुई और आगे किसी जगह पे जा रहे हैं और यहीं पे हम अपने व्लॉग का इख्तिताम करेंगे होप सो अब आपको अच्छे अच्छे जो व्लॉग्स हैं वो मिलते रहेंगे शुक्रिया चढ़ जाओ भाई।